ਸਤਿ ਸ਼੍ਰੀ ਅਕਾਲ ਭਾਈ ਅਬੇ, ਅੱਜ ਆਪਾਂ ਤੁਹਾਨੂੰ ਲੈ ਕੇ ਆਇਆ ਸਕੂਟਰ ਦੇ ਉੱਤੇ, ਤੁਸੀਂ ਦੇਖ ਸਕਦੇ ਹੋ ਝੰਡੇ, ਮਤਲਬ ਝੰਡੇ ਮਾਤਾ ਦੇ ਝੰਡੇ ਜਿਹੜੇ ਵੀ ਇੱਥੋਂ ਜਾਂਦੇ ਨੇ, ਇੱਥੋਂ ਬਾਬਾ ਜੀ ਤੋਂ ਜ਼ਰੂਰ ਲੈ ਕੇ ਜਾਣ। ਅਤੇ ਇੱਥੇ ਬਾਬਾ ਜੀ ਤੋਂ ਪੁੱਛਦੇ ਕਿੰਨੇ ਟਾਈਮ ਦੇ ਬਾਬਾ ਜੀ ਇੱਥੇ ਲਾਉਂਦੇ ਨੇ, ਕਿੰਨੇ ਟਾਈਮ ਤੋਂ ਲਾ ਰਹੇ ਬਾਬਾ ਜੀ ਇੱਥੇ? ਮੈਨੂੰ ਇੱਥੇ ਹੁਣ ਹੋ ਗਏ 2-3 ਸਾਲ। ਪਹਿਲਾਂ ਮੈਂ ਕਿਸਾਨਾਂ ਵੇਲੇ ਉੱਧਰ ਲਾਉਂਦਾ ਸੀ ਲੰਗਰ ਦੇ ਕੋਲ। ਅੱਛਾ ਜੀ। ਹੁਣ 2-3 ਸਾਲ ਤੇ ਮੈਂ ਹੁਣ ਉਰੇ ਲਾਉਣਾ ਮਾਤਾ ਦੇ ਹਰੇਕ ਉਹ ਚਾਲੇ ਤੇ। ਅੱਛਾ ਜੀ। ਤੇ ਅਨੰਦਪੁਰ ਸਾਹਿਬ ਨੂੰ ਜਦ ਜਾਂਦੇ ਨੇ ਜਦ ਵੀ ਲਾਉਣਾ ਉਹਨਾਂ ਮੈਂ। ਉਮਰ ਮੇਰੀ ਹੋ ਗਈ 70 ਸਾਲ ਦੀ। ਠੀਕ ਹੈ ਜੀ। ਤੇ ਉੱਧਰ ਜਦ ਆਪਣਾ ਫਤਿਹਗੜ੍ਹ ਸਾਹਿਬ ਹੁੰਦਾ, ਹਾਂਜੀ, ਫਿਰ ਮੈਂ ਉਹ ਲੰਗਰ ਦੇ ਕੋਲ ਆਪਣਾ ਕੱਦੂ ਵਾਲਾ ਪੁਲ ਉਤਰਦੀ ਸਾਰੇ ਲੰਗਰ ਚੱਲਦਾ, ਫਿਰ ਉੱਥੇ ਲਾਉਣਾ। ਤੁਸੀਂ ਝੰਡੇ ਦੇਖ ਸਕਦੇ ਜਿਹੜੇ ਵੀ ਇੱਥੇ ਆਉਂਦੇ ਨੇ, ਤੇ ਆਹ ਤੁਹਾਨੂੰ ਇੱਥੇ ਦਿਖਾਉਂਦੇ ਹਾਂ ਆਪਾਂ। ਇੱਥੇ ਮਾਤਾ ਦੇ ਝੰਡੇ ਇੱਧਰ ਮਾਤਾ ਦੇ ਚਾਲੇ ਜਾਂਦੇ ਨੇ, ਭਰਾ ਬਣ ਕੇ ਇੱਥੇ ਜ਼ਰੂਰ ਰੁਕਿਆ ਕਰੋ ਬਾਬਾ ਜੀ। ਇੱਥੇ ਕਿੰਨੇ ਸਾਲ ਤੋਂ ਲਾ ਰਹੇ ਬਾਬਾ ਜੀ ਇੱਥੇ? ਤੁਸੀਂ 3-4 ਸਾਲ ਤੇ? 3-4 ਸਾਲ ਤੋਂ ਬਾਬਾ ਜੀ ਤੁਹਾਨੂੰ ਇੱਥੇ ਹੀ ਮਿਲਣਗੇ। ਜੇ ਤੁਸੀਂ ਦਰਾਏ ਵਾਲੇ ਤੋਂ ਕੋਲ ਕ੍ਰੋਸ ਕਰਦੇ ਹੋ ਨਹਿਰ ਨੂੰ ਜਾਂਦੇ ਹੋ ਨਾ, ਸਿੱਧਾ ਨੀਲੋ ਵੱਲ ਨੂੰ, ਚੰਡੀਗੜ੍ਹ ਰੋਡ ਵੱਲ ਨੂੰ, ਰੋਪੜ ਵੱਲ ਨੂੰ, ਤਾਂ ਇੱਥੇ ਬਾਬਾ ਜੀ ਸਕੂਟਰ ਤੇ ਤੁਹਾਨੂੰ ਮਿਲਣਗੇ। ਸਵੇਰ ਦੇ ਇੱਥੇ ਖੜੇ ਨੇ, ਆਪਾਂ ਪੁੱਛਦੇ ਕਿ ਇਹਨਾਂ ਦੀ ਸੇਲ ਵਗੈਰਾ ਹੋਈ ਆ ਜਾਂ ਭਰਾ ਰੁਕਦੇ ਨੇ, ਕਿੰਨੇ ਰੁਕਦੇ ਉੱਥੇ ਬਾਬਾ ਜੀ? ਹਾਲੇ ਹੁਣ ਆਏ ਆ, ਪਤਾ ਗੱਲ ਕੀ ਆ, ਹਾਲੇ ਮਾਤਾ ਦਾ ਚਾਲਾ ਚੱਲਣਾ 1 ਤਰੀਕ ਤੋਂ। ਹਾਂਜੀ ਹਾਂਜੀ, ਠੀਕ ਆ। ਹਾਲੇ ਓਨੇ ਨਹੀਂ ਵਿਕਦੇ, ਹਾਲੇ ਤਾਂ ਜਾਣੀ ਕੋਈ ਆ ਗਿਆ, ਕੋਈ ਟਾਮਾ ਟਾਮਾ ਵਿਕਦਾ, ਜਦ ਜਾਣੀ ਆਪਣਾ ਚਾਲਾ ਚੱਲੂਗਾ ਫਿਰ ਵਿਕਣੇ ਸ਼ੁਰੂ ਹੋਣੇ ਨੇ। ਠੀਕ ਹੈ ਜੀ। ਤੇ ਆਪਾਂ ਭਰਾਵਾਂ ਨੂੰ ਅਪੀਲ ਕਰਦੇ ਹਾਂ ਕਿ ਇੱਥੇ ਜ਼ਰੂਰ ਰੋਕਿਆ ਕਰਨ, ਮਤਲਬ ਝੰਡੇ ਜੇ ਲੈ ਕੇ ਜਾਣੇ ਨੇ ਤੁਹਾਨੂੰ ਰਸਤੇ 'ਚ ਲੈਣ ਦੀ ਲੋੜ ਨਹੀਂ, ਇੱਥੋਂ ਤੁਸੀਂ ਲੈ ਸਕਦੇ ਹੋ। ਅਤੇ ਅੱਜ ਆਪਾਂ ਦਿਖਾ ਦਿੰਦੇ ਹਾਂ ਬਾਬਾ ਜੀ ਦਾ ਸੈਟਅਪ ਵਧੀਆ ਕਰਿਆ ਹੋਇਆ ਸਕੂਟਰ ਦੇ ਉੱਤੇ, ਅਤੇ ਮਤਲਬ ਵਧੀਆ ਆਪਣਾ ਰੁਜ਼ਗਾਰ ਤੋਰਿਆ ਹੋਇਆ। ਠੀਕ ਹੈ ਜੀ। ਬਾਬਾ ਜੀ ਕਹਿ ਰਹੇ ਨੇ 3-4 ਸਾਲਾਂ ਤੋਂ ਕੰਮ ਕਰਦੇ ਨੇ ਬਾਬਾ ਜੀ ਇੱਥੇ। ਤਾਂ ਮੈਂ ਬਹੁਤ ਚਿਰ ਦਾ ਕਰਦਾ, ਜਾਣੀ ਇੱਧਰ ਮੈਂ ਇੱਥੇ 3-4 ਸਾਲ ਦਾ ਕਰਦਾ, ਉੱਧਰ ਮੈਂ ਬਹੁਤ ਸਾਲ ਹੋ ਗਏ ਜਾਂ ਕਿਸਾਨਾਂ ਦਾ ਚੱਲਦਾ ਤੀ ਅੰਦੋਲਨ, ਜਦ ਵੀ ਉੱਥੇ ਮੈਂ ਲਾਉਂਦਾ ਰਿਹਾ। ਜਦ ਉਹ ਪੈਟਰੋਲ ਪੰਪ ਨਹੀਂ ਆਉਂਦਾ ਪਰਲੇ ਆਪਣੇ ਬਰਮਾਲੀਪੁਰ, ਉਹ ਪੈਟਰੋਲ ਪੰਪ ਦੇ ਨਾਲ ਖੁੱਲੀ ਜਗ੍ਹਾ ਨੀ ਗੱਡੀਆਂ ਖੜਨ ਨੂੰ ਬਣਦੀ, ਉੱਥੇ ਲਾਉਂਦਾ ਹੁੰਦਾ ਸੀ ਮੈਂ। ਉਦੋਂ ਬਾਅਦ ਫਿਰ ਮੈਂ ਆਪਣੇ ਆਹ ਕੱਦੂ ਪੁਲ ਉਤਰਦੀ ਸਾਰ ਹੈ ਉੱਥੇ ਲੰਗਰ ਚੱਲਦਾ, ਹੁਣ ਹਰੇਕ ਸਾਲ ਮੈਂ ਉੱਥੇ ਹੀ ਲਾਉਂਦਾ ਹੁੰਦਾ। ਠੀਕ ਹੈ ਜੀ। ਬਾਬਾ ਜੀ ਕੱਦੋਂ ਪੁਲ ਉੱਤਰਦੇ ਸਾਰ ਉੱਥੇ ਵੀ ਲਾਉਂਦੇ ਨੇ। ਠੀਕ ਹੈ ਜੀ। ਜੇਕਰ ਉੱਧਰ ਨੂੰ ਵੀ ਭਰਾ ਜਾਂਦੇ ਨੇ ਤਾਂ ਉੱਧਰੋਂ ਵੀ ਬਾਬਾ ਜੀ ਦਾ ਨੰਬਰ ਆਪਾਂ ਦੇ ਦੇਣਾ, ਕੋਈ ਭਰਾ ਮਤਲਬ ਹੈਲਪ ਕਰਨਾ ਚਾਹੁੰਦਾ ਜੀ? 77-175-91-150। ਤੁਸੀਂ ਬਾਬਾ ਜੀ ਨੇ ਤੁਹਾਨੂੰ ਨੰਬਰ ਦੱਸਤਾ ਵਾ ਆਪਣਾ, ਠੀਕ ਹੈ ਜੀ, ਆਪਾਂ ਸਕਰੀਨ ਦੇ ਉੱਤੇ ਵੀ ਮੈਂਸ਼ਨ ਕਰ ਦਾਂਗੇ ਕਿਹੜਾ ਨੰਬਰ ਆ ਬਾਬਾ ਜੀ ਦਾ, ਅਤੇ ਇੱਥੇ ਆ ਕੇ ਭਰਾ ਬਣ ਕੇ ਜ਼ਰੂਰ ਰੁਕਿਆ ਕਰੋ। ਠੀਕ ਹੈ ਜੀ। ਆਪਾਂ ਕਹਿ ਦਿੰਦੇ ਕਿ ਪੰਜਾਬੀ ਕੰਮ ਨਹੀਂ ਕਰਦੇ ਜਾਂ ਬਾਹਰ ਨੂੰ ਚਲੇ ਜਾਂਦੇ ਨੇ, ਜੇ ਪੰਜਾਬੀ ਕੰਮ ਕਰਦੇ ਨੇ ਤਾਂ ਫਿਰ ਕੋਈ ਰੁਕਦਾ ਨਹੀਂ ਹੈਗਾ, ਠੀਕ ਹੈ, ਪੰਜਾਬੀਆਂ ਦੀ ਸਪੋਰਟ ਨਹੀਂ ਕਰਦਾ, ਤਾਂ ਹੀ ਪੰਜਾਬੀ ਕੰਮ ਨਹੀਂ ਕਰਦੇ ਫਿਰ ਬਾਹਰ ਚਲੇ ਜਾਂਦੇ ਨੇ, ਅਤੇ ਆਪਾਂ ਕਹਿ ਦਿੰਦੇ ਕਿ ਪ੍ਰਵਾਸੀ ਕਿਉਂ ਵੱਧਦੇ ਜਾ ਰਹੇ ਨੇ ਪੰਜਾਬ ਦੇ ਵਿੱਚ। ਠੀਕ ਹੈ ਜੀ। ਇਹੀ ਕਾਰਨ ਹੁੰਦਾ ਕਿ ਆਪਾਂ ਪੰਜਾਬੀਆਂ ਦੀ ਸਪੋਰਟ ਨਹੀਂ ਕਰਦੇ, ਜੇਕਰ ਆਪਾਂ ਪੰਜਾਬੀ ਦੀ ਸਪੋਰਟ ਕਰੀਏ ਤਾਂ ਹੀ ਪੰਜਾਬੀ ਅੱਗੇ ਵਧੂਗਾ, ਤਾਂ ਹੀ ਆਪਣਾ ਪੰਜਾਬ ਅੱਗੇ ਜਾਊਗਾ ਭਰਾ ਬਣ ਕੇ। ਜੇਕਰ ਕੋਈ ਇਹੋ ਜਿਹਾ ਕੰਮ ਕਰਦਾ ਤਾਂ ਉਹਨੂੰ ਸਪੋਰਟ ਜ਼ਰੂਰ ਕਰੋ ਕਰੋ ਵੀਰੇ, ਆਪਣੀ ਮਿਹਨਤ ਆ, ਕੋਈ ਕਿਸੇ ਤੋਂ ਮੰਗ ਕੇ ਨਹੀਂ ਖਾ ਰਿਹਾ ਹੈਗਾ। ਠੀਕ ਹੈ ਜੀ। ਮਤਲਬ ਜਦੋਂ ਆਪਾਂ ਪੰਜਾਬੀ ਮੰਗਦੇ ਫਿਰ ਕਹਿੰਦੇ ਨੇ ਤੁਸੀਂ ਹੱਥ ਨਹੀਂ ਹੈਗੇ ਜਾਂ ਕੰਮ ਨਹੀਂ ਕਰਦੇ, ਆਪਾਂ ਕੰਮ ਕਰਦੇ ਹਾਂ, ਕੋਈ ਭਰਾ ਸਪੋਰਟ ਨਹੀਂ ਕਰਦਾ। ਮੈਂ ਕਈ ਵਾਰ ਇੱਥੇ ਲੰਘਦਾ ਵਾ, ਤੁਹਾਨੂੰ ਦੇਖੋ ਕੋਈ ਰੁਕਦਾ ਨਹੀਂ ਹੈਗਾ। ਠੀਕ ਹੈ ਜੀ। ਕੋਈ ਵੀ ਨਹੀਂ ਰੁਕਦਾ, ਸਾਰੇ ਆਪਣੀ ਚਾਲ ਚੱਲਦੇ ਰਹਿੰਦੇ ਨੇ। ਅਤੇ ਆਪਾਂ ਵੀਡੀਓ ਪਾਉਣ ਦਾ ਮਕਸਦ ਇਹੀ ਆ ਆਪਣਾ ਕਿ ਵੱਧ ਤੋਂ ਵੱਧ ਸਪੋਰਟ ਕਰੋ। ਬਾਬਾ ਜੀ ਇੱਥੇ ਲਾਉਂਦੇ ਨੇ 3 ਸਾਲ ਤੋਂ, ਠੀਕ ਹੈ, ਤੁਸੀਂ ਆ ਕੇ, ਜੇਕਰ ਕੋਈ ਭਰਾ ਇੱਥੇ ਆ ਕੇ ਰੁਕਦਾ ਵੀ ਆ ਤਾਂ ਸਪੋਰਟ ਜ਼ਰੂਰ ਕਰਕੇ ਜਾਵੇ, ਜਾਂ ਝੰਡੇ ਲੈਣਾ ਨਾ ਲੈਣਾ ਉਹ ਅਲੱਗ ਗੱਲ ਹੁੰਦੀ ਆ, ਕਿ ਬਾਬਾ ਜੀ ਘਰੋਂ ਵੀ ਦੱਸ ਰਹੇ ਨੇ ਕਿ ਘਰੋਂ ਵੀ ਠੀਕ ਠਾਕ ਨੇ, ਮਤਲਬ ਇੰਨਾ ਕੋਈ ਜ਼ਿਆਦਾ ਉਹ ਹੈ ਨਹੀਂ। ਠੀਕ ਹੈ। ਸਕੂਟਰ ਤੇ ਬਾਬਾ ਜੀ ਲਾਉਂਦੇ ਨੇ, ਗੇਟ ਬੂਟ ਦਾ ਸਾਰਾ ਕੁਛ, ਠੀਕ ਹੈ ਜੀ, ਘਰ ਦਾ ਸਾਰਾ ਕੰਮ ਪਿਆ ਕਰਾਉਣਗੇ ਨਹੀਂ ਉਹ।
ਤੇ ਮਿਹਨਤ ਚੱਲ ਰਹੀ ਹੈ, ਕਹਿੰਦੇ ਮਿਹਨਤ ਭਾ ਛੱਡਣੀ ਨੀ ਹੈਗੀ। ਜਦੋਂ ਕੋਈ ਮਤਲਬ ਕਿਸਾਨੀ ਅੰਦੋਲਨ ਦੇ ਵਿੱਚ ਵੀ ਬਾਬਾ ਜੀ ਸਾਥ ਦਿੰਦੇ ਨੇ, ਮਤਲਬ ਪੂਰੀ ਮਿਹਨਤ ਕਰਦੇ ਨੇ ਆਪਾਂ ਬਾਬਾ ਜੀ ਦੱਸਦੇ ਕਿਸਾਨੀ ਅੰਦੋਲਨ ਦੇ ਵਿੱਚ ਜਦੋਂ ਹੁਣ ਹੋਇਆ ਸੀ ਬਹੁਤ ਮੇਰੀ ਉੱਥੇ ਦਿੱਲੀ ਤੱਕ ਵੀਡੀਓ ਜਾਂਦੀ ਰਹੀ ਆ। ਅੱਛਾ ਜੀ, ਬਾਬਾ ਜੀ ਕਹਿੰਦੇ ਦਿੱਲੀ ਤੱਕ ਵੀ ਆਪਣੀ ਵੀਡੀਓ ਜਾਂਦੀ ਰਹੀ ਆ। ਦਿੱਲੀ ਤੱਕ ਵੀ ਲੋਕ ਪਹਿਲਾਂ ਆਉਂਦੇ ਸੀਗੇ, ਸਪੋਰਟ ਕਰਦੇ ਸੀਗੇ, ਵਿੱਚ ਕਹਿੰਦੇ ਪਹਿਲਾਂ ਵੀ ਆਪਣੇ ਵੀਡੀਓ ਪਾਈਆਂ ਹੋਈਆਂ ਨੇ, ਤੇ ਇੰਨੀ ਜ਼ਿਆਦਾ ਸਪੋਰਟ ਹੋਈ ਨਹੀਂ ਹੈਗੀ। ਆਪਣੇ ਵੀਡੀਓ ਪਾਉਣ ਦਾ ਮਕਸਦ ਇਹੀ ਆ ਕਿ ਵੱਧ ਤੋਂ ਵੱਧ ਬਾਬਾ ਜੀ ਨੂੰ ਸਪੋਰਟ ਕਰੋ ਅਤੇ ਤੁਸੀਂ ਇੱਥੇ ਆਓ। ਅਸੀਂ ਤੁਹਾਨੂੰ ਅੱਗੇ ਦੁਬਾਰਾ ਫਿਰ ਆਪਾਂ ਸੈਟਅਪ ਦਿਖਾ ਦਿੰਦੇ ਹਾਂ ਬਾਬਾ ਜੀ ਦਾ ਅੱਗੇ ਤੋਂ, ਅਤੇ ਸਕੂਟਰ 'ਤੇ ਬਾਬਾ ਜੀ ਲਾਉਂਦੇ ਨੇ, ਪੂਰੀ ਮਿਹਨਤ ਕਰਦੇ ਨੇ, ਕੋਈ ਇੱਦਾਂ ਦਾ ਨਹੀਂ ਹੈਗਾ, ਕੋਈ ਮਿਹਨਤੀ ਵਾਲਾ ਕੰਮ ਆ ਯਾਰ। ਕੋਈ ਸਪੋਰਟ ਕਰਿਆ ਕਰੋ ਭਰਾ ਬਣ ਕੇ, ਠੀਕ ਹੈ ਜੀ। ਤੁਸੀਂ ਬਜ਼ੁਰਗ ਨੇ, ਤੁਸੀਂ ਇਹਨਾਂ ਦੀ ਉਮਰ ਵੀ ਦੇਖ ਸਕਦੇ ਹੋ, ਕਿੰਨੀ ਉਮਰ ਹੋ ਗਈ? 70 ਸਾਲ ਦੀ। 70 ਸਾਲ ਦੀ ਉਮਰ ਹੋ ਗਈ, 70 ਸਾਲ ਦੀ ਉਮਰ ਦੇ ਵਿੱਚ ਆਪਣਾ ਘਰ ਦਾ ਖਰਚਾ ਚਲਾ ਰਹੇ ਨੇ, ਜਦ ਕਿ ਜਿਹੜੇ ਭਰਾ ਯਾਰ ਜਾਂਦੇ ਨੇ ਇੱਥੇ ਜ਼ਰੂਰ ਪਿਆ ਸਮਝ, ਪੈਸੇ ਪੂਸੇ ਉਹ ਵੀ ਨਹੀਂ ਜਿਹੜੇ ਦਿੰਦੇ ਨੇ, ਉਹ ਵੀ ਨਹੀਂ ਦਿੰਦੇ ਦਿੰਦੇ ਕੁਛ। ਅੱਛਾ ਜੀ, ਮਕਾਨ ਵੀ ਕਹਿੰਦੇ ਬਾਬਾ ਜੀ ਦਾ ਗਿਰਿਆ ਪਿਆ ਵਾ, ਪਿੱਛੇ ਗਿਰਿਆ ਪਿਆ। ਇੱਕ ਇੱਟ ਵਾਲਾ ਉਹ ਵੀ ਗਿਰਨ ਨੂੰ ਤਿਆਰ ਆ, ਇੱਟ ਵਾਲਾ ਵੀ ਗਿਰਨ ਨੂੰ ਤਿਆਰ ਆ, ਜਿਹਾ ਮਾੜਾ ਜਿਹਾ ਬਚਾਓ ਆ ਬਸ, ਬਾਕੀ ਸਾਰਾ ਜਾਣੀ ਉਹਦੇ ਵਿੱਚ ਸਾਡਾ ਸਮਾਨ ਪਿਆ। ਅੱਛਾ ਜੀ, ਜੇ ਹੁਣ ਇਹਦੇ ਵਿੱਚ ਸਾਡਾ ਗਿਰੂਗਾ ਤਾਂ ਸਾਡਾ ਜਿਹੜਾ ਸਮਾਨ ਆ ਉਹ ਸਾਰਾ ਥੱਲੇ ਆ ਜੂਗਾ, ਉਸ ਨੂੰ ਲੱਭਣਾ ਉੱਥੇ। ਮਤਲਬ ਤੁਸੀਂ ਸੁਣ ਸਕਦੇ ਹੋ ਬਾਬਾ ਜੀ ਦੇ ਮੂੰਹੋਂ, ਤੁਸੀਂ ਕਹਿੰਦੇ ਸਾਡੇ ਘਰੇ ਵੀ ਆ ਕੇ ਦੇਖ ਸਕਦੇ ਹੋ। ਮਤਲਬ ਜੋ ਕੁਛ ਹੈ ਬਾਕੀ ਸਾਰਾ ਕੁਛ, ਹਾਲਾਤ ਜ਼ਿਆਦਾ ਠੀਕ ਨਹੀਂ ਹੈਗੇ। ਮਤਲਬ ਮੈਂ ਸਵੇਰ ਦਾ ਕਈ ਵਾਰ ਮੈਂ ਲੰਘਦਾ, ਮੇਰੇ ਦੋ ਤਿੰਨ ਗੇੜੇ ਇੱਧਰ ਹੋ ਜਾਂਦੇ ਨੇ, ਪਰ ਬਾਬਾ ਜੀ ਮੈਂ ਦੇਖਦਾ ਇੱਥੇ ਖੜੇ ਨੇ। ਅੱਜ ਸਵੇਰ ਦੀ ਕਹਿੰਦੇ ਕੋਈ ਸੇਲ ਨਹੀਂ ਹੋਈ, ਕੋਈ ਨਹੀਂ ਬੰਦਾ ਰੁਕਿਆ ਹੈਗਾ ਅੱਜ। ਤੁਸੀਂ ਦੇਖ ਸਕਦੇ ਹੋ ਵੀ ਕਿੰਨੇ ਆਪਣੇ ਪੰਜਾਬੀਆਂ ਦੇ ਵਿੱਚ ਕਿੰਨੀ ਗੈਰਤ ਆ ਗਈ ਆ। ਪੰਜਾਬੀ ਬੰਦਾ ਦੇਖ ਕੇ ਵੀ ਆਪਾਂ ਚੀਜ਼ ਬੜੇ ਸ਼ੌਪ ਤੋਂ ਲੈਣਾ, ਦੁਕਾਨ ਤੋਂ ਲੈਣਾ, ਇੱਦਾਂ ਦੀਆਂ ਮਤਲਬ ਨਹੀਂ ਲੈਂਦੇ। ਮੈਂ ਕਹਿੰਦਾ ਯਾਰ ਜਿਹੜੇ ਮੈਂ ਸੜਕਾਂ 'ਤੇ ਹੁਣ ਜਿਵੇਂ ਖੜ੍ਹੇ ਹੁੰਦੇ ਨੇ ਬਜ਼ੁਰਗ ਬੰਦੇ, ਉਹਨਾਂ ਤੋਂ ਜ਼ਰੂਰ ਲਿਆ ਕਰੋ, ਮਤਲਬ ਸਪੋਰਟ ਕਰਿਆ ਕਰੋ। ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ, ਧੰਨਵਾਦ, ਅਤੇ ਬਾਬਾ ਜੀ ਦੀ ਸਪੋਰਟ ਖੁੱਲ੍ਹ ਕੇ ਕਰਨੀ ਆ, ਠੀਕ ਹੈ ਜੀ, ਧੰਨਵਾਦ।